ਕਾਨੂੰਨਾਂ ਦੇ ਖਿਲਾਫ ਕਿਸਾਨ ਇੱਕ ਸਾਲ ਤੋਂ ਲੜਾਈ ਲੜ ਰਹੇ ਸੀ। ਪਿਛਲੀ ਵਾਰ 26 ਨਵੰਬਰ 2020 ਨੂੰ ਕਿਸਾਨ ਦਿੱਲੀ ਵੱਲ ਨੂੰ ਕੂਚ ਕੀਤਾ ਸੀ, ਉਸ ਸਮੇਂ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ, ਪਰ ਇਸ ਵਾਰ ਇੱਕ ਸਾਲ ਬਾਅਦ ਫਿਰ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ। ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਨੇ, ਟਰਾਲੀਆਂ ਨੇ, ਟਰੱਕ ਨੇ, ਟਰੱਕਾਂ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਰਵਾਨਾ ਹੋ ਰਹੇ ਨੇ। ਲੱਖਾਂ ਦੀ ਤਾਦਾਦ ਦੇ ਵਿੱਚ ਇਸ ਵਾਰ ਕਿਸਾਨ ਨੇ ਜਿਹੜੇ ਉਹ ਦਿੱਲੀ ਜਾ ਰਹੇ ਨੇ। ਕਿਸਾਨ ਕਹਿ ਰਹੇ ਨੇ ਕਿ ਪਹਿਲਾਂ ਤਾਂ ਉਹ ਜਿਹੜੀ ਇੱਕ ਸਾਲ ਦਿੱਲੀ ਬੈਠੇ ਨੂੰ ਕਿਸਾਨਾਂ ਨੂੰ ਹੋ ਗਿਆ, ਉਹਦੀ ਜਿਹੜੀ ਵਰ੍ਹੇਗੰਢ ਹੈ ਉਹ ਉੱਥੇ ਮਨਾਉਣਗੇ। ਉਸ ਤੋਂ ਬਾਅਦ ਇਸ ਤਰ੍ਹਾਂ ਬੱਸਾਂ ਭਰੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ, ਹਰ ਉਹ ਸਮਾਨ ਲੈ ਕੇ ਕਿਸਾਨ ਜਿਹੜੇ ਜਾ ਰਹੇ ਨੇ, ਦੁੱਧ, ਹੋਰ ਸਮਾਨ, ਖਾਣ ਪੀਣ ਦਾ। ਵੱਡੀ ਗਿਣਤੀ ਜਿਹੜੀਆਂ ਮਹਿਲਾਵਾਂ ਨੇ, ਬਜ਼ੁਰਗ ਮਹਿਲਾਵਾਂ ਨੇ, ਉਹ ਜਿਹੜੀਆਂ ਜਾ ਰਹੀਆਂ ਨੇ, ਕੋਈ ਟਰੱਕਾਂ ਦੇ ਵਿੱਚ ਜਾ ਰਿਹਾ, ਕੋਈ ਬੱਸਾਂ ਦੇ ਵਿੱਚ ਜਾ ਰਿਹਾ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਤਿਆਰੀ ਆ ਜਿਹੜੀ ਦਿੱਲੀ ਜਾਣ ਦੀ ਆ। ਟਰਾਲੀਆਂ ਤੁਸੀਂ ਦੇਖ ਸਕਦੇ ਹੋ, ਪਿੱਛੇ ਟਰਾਲੀਆਂ ਨੇ ਜਿਹੜੀਆਂ ਉਹ ਆ ਰਹੀਆਂ ਨੇ। ਕਿਸਾਨ ਕਹਿ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨ ਨੇ ਉਹ ਰੱਦ ਕਰਵਾ ਕੇ ਵਾਪਸ ਆਉਣਗੇ, ਅਤੇ ਨਾਲ ਹੀ MSP ਦੇ ਉੱਪਰ ਜਿਹੜੀ ਗਰੰਟੀ ਆ ਉਹਨਾਂ ਨੂੰ ਮਿਲੇ। ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਜਿਹੜਾ ਆਪਣਾ ਸਮਾਨ ਸਾਰਾ ਭਰ ਕੇ ਝੰਡੇ ਲਾ ਕੇ ਟਰੈਕਟਰ ਨੇ, ਜਿਵੇਂ ਪਿਛਲੀ ਵਾਰ ਕਿਸਾਨ ਦਿੱਲੀ ਵੱਲ ਗਏ ਸੀ, ਉਸੇ ਤਰ੍ਹਾਂ ਦੀ ਤਸਵੀਰ ਹੁਣ ਦੇਖਣ ਨੂੰ ਮਿਲੀ ਆ। ਬਾਈ ਨਾਲ ਗੱਲਬਾਤ ਕਰ, ਬਾਈ ਕਿਹੜੇ ਪਿੰਡ ਤੋਂ ਆਏ ਹੋ? ਮੈਂ ਕਲਾ ਤੋਂ ਬਾਈ। ਅੱਛਾ, ਕਿੰਨੇ ਕੁ ਵੱਡੀ ਗਿਣਤੀ ਕਿਸਾਨ ਇਸ ਸਮੇਂ ਦਿੱਲੀ ਜਾ ਰਹੇ ਨੇ ਹੁਣ? ਬਹੁਤ ਵੱਡੀ ਗਿਣਤੀ ਦੇ ਵਿੱਚ। ਪਿਛਲੇ ਸਾਲ ਨਾਲੋਂ ਕਿੰਨਾ ਕੁ ਫਰਕ ਲੱਗਦਾ ਬਾਈ? ਪਿਛਲੇ ਵਾਰ ਆਪਾਂ ਹਰਿਆਣੇ ਦੇ ਵਿੱਚ ਐਂਟਰੀ ਕਰੀ ਸੀ, ਰੋਕਿਆ ਗਿਆ ਸੀ ਜਗ੍ਹਾ ਜਗ੍ਹਾ, ਪਰ ਹੁਣ ਤਸਵੀਰ ਬਦਲੀ ਹੋਈ ਆ। ਜਿਹੜੇ ਜਾਵਾਂਗੇ ਠੀਕ ਆ, ਇਕੱਠ ਬਹੁਤ ਆ, ਠੀਕ ਆ, ਪਹੁੰਚਾਂਗੇ। ਹੁਣ ਵਾਪਸ ਉਦੀ ਆਵਾਂਗੇ ਤਾਂ ਸਭ ਕੁਛ ਨਿਬੜੂਗਾ। ਹਾਂ ਹਾਂ ਹਾਂ, ਕਿਉਂਕਿ ਇਸੇ ਤਰ੍ਹਾਂ ਟਰਾਲੀਆਂ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਜਾ ਰਹੇ ਨੇ, ਅਲੱਗ ਅਲੱਗ ਪਿੰਡਾਂ ਤੋਂ ਟਰਾਲੀਆਂ ਨੇ ਜਿਹੜੀਆਂ ਉਹ ਆਈਆਂ ਨੇ। ਇਸ ਤਰ੍ਹਾਂ ਟਰਾਲੀਆਂ 'ਚ ਬੈਠ ਕੇ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਜਾ ਰਹੇ ਨੇ, ਕੋਈ ਆਪਣੇ ਸਾਧਨਾਂ 'ਤੇ ਆ। ਬੱਸਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਰ ਕੇ ਜਿਹੜੇ ਬੱਸਾਂ ਭਰੀਆਂ ਹੋਈਆਂ ਬੱਸਾਂ ਨੇ ਜਿਹੜੀਆਂ ਉਹ ਦਿੱਲੀ ਵੱਲ ਨੂੰ ਫਿਰ ਇੱਕ ਵਾਰ ਦੁਬਾਰਾ ਰਵਾਨਾ ਹੋ ਰਹੀਆਂ ਨੇ। ਦਿੱਲੀ ਦੇ ਬਾਰਡਰਾਂ ਦੇ ਉੱਪਰ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠ ਹੋਏਗਾ। ਟਰਾਲੀਆਂ ਦੇ ਉੱਪਰ ਦੇਖ ਸਕਦੇ, ਟਰੱਕਾਂ ਦੇ ਉੱਪਰ ਦੇਖ ਸਕਦੇ ਹੋ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ, ਕਿਉਂਕਿ ਇਸ ਤਰ੍ਹਾਂ ਦੀ ਤਸਵੀਰ ਜਿਹੜੀ ਪਿਛਲੇ ਵਾਰ 26 ਨਵੰਬਰ ਨੂੰ ਦੇਖਣ ਨੂੰ ਮਿਲੀ ਸੀ, ਪਰ ਲੇਕਿਨ ਰਾਹ ਦੇ ਵਿੱਚ ਔਂਕੜਾਂ ਬਹੁਤ ਆਈਆਂ, ਰਾਹ ਦੇ ਵਿੱਚ ਰੋਕਿਆ ਗਿਆ ਕਿਸਾਨਾਂ ਨੂੰ, ਪੁਲਿਸ ਵੱਲੋਂ ਪਾਣੀ ਦੀਆਂ ਪਛਾੜਾਂ ਛਿੱਟੀਆਂ ਗਈਆਂ ਰਸਤੇ ਵਿੱਚ, ਉਹ ਰੁਕਿਆ। ਬਾਈ ਜੀ ਕਿਵੇਂ ਦੇਖਦੇ ਹੋ, ਕਿੰਨੀ ਕੁ ਵੱਡੀ ਗਿਣਤੀ 'ਚ ਕਿਸਾਨ ਜਾ ਰਹੇ ਨੇ? ਕੀ ਤੁਸੀਂ 35,000 ਤੋਂ 30,000 ਬੰਦਾ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਜਾ ਰਿਹਾ ਹੈ, ਕਾਫਲਾ ਤੁਸੀਂ ਦੇਖ ਸਕਦੇ ਹੋ, ਇੱਕ ਕਾਫਲਾ ਖਨੌਰੀ ਤੋਂ ਚੱਲੇਗਾ, ਇੱਕ ਕਾਫਲਾ ਡੱਬੇ ਵਾਲੀ ਤੋਂ ਚੱਲਣਾ ਹੈ, ਜਿਹੜੀ ਸੈਂਟਰ ਸਰਕਾਰ ਦੀ ਧੌਣ 'ਚ ਕਿੱਲਾ, ਉਹ ਕਿੱਲਾ ਅਸੀਂ ਕੱਢ ਕੇ ਜਾਵਾਂਗੇ। ਹੁਣ MSP ਦੇ ਉੱਪਰ ਗਰੰਟੀ ਮੰਗ ਰਹੇ ਨੇ ਕਿਸਾਨ? ਬਿਲਕੁਲ ਜੀ, ਜਿਹੜੀ MSP ਦੇ ਉੱਤੇ ਗਰੰਟੀ ਆ ਉਹ ਗਰੰਟੀ ਮਿਲਣੀ ਚਾਹੀਦੀ ਹੈ, ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹ ਕੈਂਸਲ ਹੋਣੇ ਚਾਹੀਦੇ ਨੇ। ਬਿਲਕੁਲ, ਕਈ ਮੰਗਾਂ ਨੂੰ ਲੈ ਕੇ ਜਾ ਰਹੇ ਹੋ ਬਾਈ ਜੀ, ਕਿੱਥੋਂ ਆਏ, ਕਿਹੜੇ ਪਿੰਡ ਤੋਂ ਆਏ? ਅਸੀਂ ਪਿੰਡ ਘਰਾਚ ਬਲਾਕ ਭਵਾਨੀਗੜ੍ਹ ਸੰਗਰੂਰ ਜ਼ਿਲ੍ਹਾ ਸਾਡਾ। ਅਸੀਂ ਜਿਹੜਾ 26 ਦਾ ਵੱਡਾ ਕਾਲ ਦਿੱਤਾ ਹੈਗਾ ਸੰਯੁਕਤ ਮੋਰਚੇ ਨੇ, ਉਸ ਸੱਦੇ ਦੇ ਅਸੀਂ ਪੂਰਾ ਵੱਡਾ ਕਾਫਲੇ ਦੇ ਰੂਪ ਦੇ ਵਿੱਚ ਹਜ਼ਾਰਾਂ
ਟਰੈਕਟਰ ਟਰਾਲੀਆਂ ਬੱਸਾਂ ਟਰੱਕ ਵੱਡਾ ਕਾਫਲਾ ਲੈ ਕੇ ਥਨੌਰੀ ਬਾਰਡਰ ਤੋਂ ਅਸੀਂ ਟਿੱਕਰੀ ਬਾਰਡਰ ਵੱਲ ਰਵਾਨਾ ਹੋ ਰਹੇ ਹਾਂਗੇ। ਬਿਲਕੁਲ, ਕਿਉਂਕਿ ਤੁਸੀਂ ਦੇਖ ਲਓ ਵੱਡੇ ਕਾਫਲੇ ਨੇ ਜਿਹੜੇ, ਇਸੇ ਤਰ੍ਹਾਂ ਬੱਸਾਂ ਭਰ ਭਰ ਜਿਹੜੇ ਕਿਸਾਨ ਨੇ, ਮਹਿਲਾਵਾਂ ਨੇ ਜਿਹੜੀਆਂ ਉਹ ਦਿੱਲੀ ਵੱਲ ਨੂੰ ਜਿਹੜੇ ਉਹ ਕੂਚ ਕਰ ਰਹੇ ਨੇ, ਕਿਉਂਕਿ ਇੱਕੋ ਇੱਕ ਜਿਹੜੀ ਮਿਸ਼ਨ ਦੇ ਉੱਪਰ ਕਿਸਾਨ ਨੇ, ਕਿਸਾਨਾਂ ਸਾਫ਼ ਤੌਰ 'ਤੇ ਕਹਿਣਾ ਕਿ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ MSP ਦੇ ਉੱਪਰ ਗਰੰਟੀ ਨਹੀਂ ਮਿਲਦੀ, ਉਦੋਂ ਤੱਕ ਉਹ ਵਾਪਸ ਨਹੀਂ ਆਉਣਗੇ।